ਵਿੱਚ ਕਬੱਡੀ ਪਾਈ ਹੈ ਔਰ ਸਾਹਮਣੇ ਹੁਣ ਦੇਖਣਾ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਕਹਿੰਦੇ ਵੀ ਲੱਖਣਗੇ ਪੰਡਿਆਂ ਦੇ ਭਲਵਾਨ ਨੇ ਬੜੇ ਤਕੜੇ ਜਫੇ ਲਾਏ ਨੇ ਔਰ ਸਾਹਮਣੇ ਹੁਣ ਦੇਖਣਾ ਵੀ ਤਾਰੀ ਦੀ ਢਾਹ ਦੀ ਮੰਨੀ ਗਈ ਹੈ ਇੱਕ ਪਾਸੇ ਮੱਤਾ ਦੂਜੇ ਪਾਸੇ ਤਾਰੀ ਖੀਰਾ ਵਾਲੀ ਦੀ ਧਰਤੀ ਦਾ ਐਨ ਬਿਲਕੁਲ ਹੰਦਿਆਂ ਦੇ ਲਾ ਕੇ ਮੁਕਾਬਲਾ ਹੋ ਗਿਆ ਲਾ ਪੁਆਇੰਟ ਦੇਖਦੇ ਵੀ ਹੁਣ ਇਸ ਵੇਲੇ ਮੱਤਾ ਆਪਣੀ ਟੀਮ ਦੇ ਹਿੱਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਲਾ ਸੁੱਚਾ ਧਰਮੀ ਵਾਲੀ ਹੈ ਇਹ ਕਹਿੰਦੇ ਵੀ ਇੰਡੀਆ ਦੀ ਟੀਮ ਨੇ ਵੱਲੋਂ ਇਸੇ ਸਾਲ ਵਰਲਡ ਕੱਪ ਖੇਡਿਆ ਮੇਰੇ ਵੀਰੋ ਲਾ ਸੁੱਚਾ ਧਰਮੀ ਵਾਲੀ ਹੈ ਐਸਾ ਕਬੱਡੀ ਪਾਉਣ ਦੇ ਲਈ ਰੁਕਾਟ ਹੋਇਆ ਇੱਕ ਪਾਸੇ ਗੋਪੀ ਮਾਨਕੀ ਔਰ ਦੂਸਰੇ ਪਾਸੇ ਕਹਿੰਦੇ ਵੀ ਮੰਡੀਆਂ ਵਾਲਾ ਮੇਰੇ ਵੀਰੋ ਗੋਪੀ ਹੈ ਨਾਲ ਗਲੈਡੀਏਟਰ ਲਾ ਸਾਹਮਣੇ ਹੁਣ ਦੇਖਦਾ ਵੀ ਮੂਲੇ ਵਾਲਾ ਖੜੇ ਹੋਈ ਧਰਤੀ ਦਾ ਪਿੰਡਾ ਐਸਵੇਂ ਟੱਕਰ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੈਰ ਉੱਪਰ ਨਹੀਂ ਲਾ ਪੁਆਇੰਟ ਸੇ ਨੌਜਵਾਨ ਖਿਡਾਰੀ ਦੇ ਕਿਸੇ ਜੁੜਨਾ ਮੇਰੇ ਵੀਰੋ ਇੱਕ ਅੰਕ ਦਾ ਵਾਧਾ ਹੋ ਚੱਲਿਆ ਜੋਰ ਚੋਲਾ ਸਾਹਿਬ ਦੀ ਧਰਤੀ ਦਾ ਖੇਡ ਮਨਾਉਣ ਦੇ ਵਿੱਚ ਕਬੱਡੀ ਪਾਉਣ ਦੇ ਲੱਗੇ ਨੂੰ ਵਾਧਾ ਹੋਇਆ ਔਰ ਦੂਸਰੇ ਬੰਦੇ ਦੇਖਦਾ ਵੀ ਪੂਰਾ ਚੋਟੀ ਦਾ ਮੈਚ ਖੇਡ ਮਨਾਉਣ ਦੇ ਵਿੱਚ ਤੇ ਦਾਜ ਮਾਰੀ ਆ ਉੱਧਰ ਟਾਈਗਰ ਨੇ ਉੱਧਰ ਪੁਆਇੰਟ ਆਪਾਂ ਦੇਖਦੇ ਵੀ ਸਲਾਮੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਸੁਲਤਾਨ ਖੇਡ ਮਨਾਉਣ ਦੇ ਵਿੱਚ ਅੱਗੇ ਨੂੰ ਵਾਧਾ ਹੋਇਆ ਇੱਕ ਪਾਸੇ ਗੋਪੀ ਮਾਨਕੀ ਦਾ ਔਰ ਦੂਸਰੇ ਪਾਸੇ ਗੋਪੀ ਮੰਡੀਆਂ ਦਾ ਨਾਲ ਮੇਰੇ ਵੀਰੋ ਖਡੂਰ ਸਾਹਿਬ ਦਾ ਗਲੈਡੀਏਟਰ ਤੇ ਪਿੰਡਾ ਮੂਲੇਵਾਲ ਖੈਰਿਆਂ ਦੀ ਧਰਤੀ ਦਾ ਲਾਹੋ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਮੈਚ ਅੱਜ ਦੇਖਿਆ ਵੀ ਕਿਹੜੀ ਟੀਮ ਜਿੱਤ ਕੇ ਇਸ ਜਾਂਦੀਆਂ ਤੀਸਰਾ ਬਦੇਵ ਸਿੰਘ ਖੱਟੜਾ ਮੈਮੋਰੀਅਲ ਟੂਰਨਾਮੈਂਟ ਮੇਰੇ ਵੀਰੋ ਲਾ ਗੋਪੀ ਇੱਕ ਪਾਸੇ ਗੋਪੀ ਦੂਜੇ ਪਾਸੇ ਸੁਲਤਾਨ ਔਰ ਸਾਹਿਬ ਜਿਹੜਾ ਔਰ ਸੁਲਤਾਨ ਨੇ ਹੱਪੀ ਪਾ ਕੇ ਕਹਿੰਦੇ ਵੀ ਇਧਰ ਇੰਗਲੈਂਡ ਕਬੱਡੀ ਵੱਲੋਂ ਮੇਰੇ ਵੀਰੋ ਐਨ ਆਰ ਆਈ ਇੰਗਲੈਂਡ ਵਾਲੇ ਵੀਰਾਂ ਵੱਲੋਂ 1000 ਮੈਨੂੰ ਲੱਗਦਾ ਵੀ ਪਹੁੰਚਦਾ ਹੋਇਆ 1000 ਸੁਲਤਾਨ ਦੇ ਲਈ ਔਰ ਦੂਸਰੇ ਬੰਨੇ ਰਪਿੰਦਰ ਸਿੰਘ ਪਿੰਦੂ ਦਤਾਲ ਦੀ ਧਰਤੀ ਦਾ ਜਿਹਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਲਾ ਦੂਸਰੇ ਬੰਨੇ ਹੁਣ ਦੇਖਣਾ ਵੀ ਕੌਣ ਮੇਰੇ ਵੀਰੋ ਲਾ ਸਾਹਮਣੇ ਫਿਰ ਸਲਾਮੂ ਖੇਡ ਮੈਦਾਨ ਦੇ ਵਿੱਚ ਜੱਫਾ ਲਾਉਣ ਦੀ ਗੱਲ ਕਰਦਾ ਹੋਇਆ ਭੱਜਿਆ ਜਾਂਦਾ ਔਰ ਰਪਿੰਦਰ ਸਿੰਘ खिलाड़ियां सामने हम देखा भी आ नौजवान मेला मूले वाल खैरिया ਕੋਸ਼ਿਸ਼ ਕਰਦਾ ਹੋਇਆ ਐਨ ਹੰਦਿਆਂ ਦੇ ਲਾ ਗਈ ਤੇ ਪੁਆਇੰਟ ਮੇਰੇ ਵੀਰੋ ਪੁਆਇੰਟ ਜਿਹੜਾ ਰੇਡੋ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਉਧਰ ਸੁੱਖਾ ਆਸ ਵਿੱਚ ਫਿਰ ਖੇਡ ਮੈਦਾਨ ਦੇ ਵਿੱਚ ਨਿਰੰਜਨਪੁਰੀਆ ਜਿਹਨੇ ਹੁਣ ਕਬੱਡੀ ਪਾਈ ਹੈ ਇੱਕ ਪਾਸੇ ਤਾਰੀ ਖੀਰਾ ਬਾਲ ਦਾ ਲਓ ਆਪਾਂ ਦੇਖਦੇ ਵੀ ਦੂਜੇ ਪਾਸੇ ਫਤਿਹਗੜ੍ਹ ਛੰਨਾ ਦੀ ਧਰਤੀ ਦਾ ਅਮਰਤ ਲੱਖੇੜ ਮੈਦਾਨ ਦੇ ਵਿੱਚ ਨਿਰੰਜਨਪੁਰੀਆ ਸੁੱਖਾ ਆਪਣੀ ਟੀਮ ਦੇ ਹਿੱਸੇ ਕੰਗ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਫਿਰ ਸੁਲਤਾਨ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਾਅਦਾ ਹੋਇਆ ਉਧਰ ਸਟਾਰ ਮਾਸੀਆ ਦਾ ਕੰਟਾ ਵੀ ਜਾਫਲੈਂਡ ਦੇ ਵਿੱਚ ਖੜਾ ਹੋ ਚੁੱਕਿਆ ਨਾਲ ਦੇ ਵੀਰੋ ਮਾਰਕੀ ਵਾਲਾ ਗੋਪੀ ਔਰ ਨਾਲ ਸਾਹਮਣੇ ਹੁਣ ਆਪਾਂ ਦੇਖਦੇ ਵੀ ਖਡੂਰ ਸਾਹਿਬ ਦਾ ਸੱਤੂ ਦੇ ਪਿੰਡਾ ਮੂਲੇ ਵਾਲ ਖੈਰਿਆਂ ਦੀ ਧਰਤੀ ਦਾ ਖਿਲਾੜੀਆਂ ਹੋਈਆਂ ਬਾਬਰ ਸਨਾਜਵਾਨ ਦੀਆਂ ਔਰ ਸਾਹਮਣੇ ਹੁਣ ਦੇਖਦਾ ਵੀ ਅੰਕਾਂ ਦਾ ਵੀ ਫਰਕ ਬਹੁਤ ਥੋੜਾ ਮਿਲ ਵੀਰੋ ਲਾ ਹੁਣ ਦੇਖਦਾ ਵੀ ਕੌਣ ਇਸ ਨੌਜਵਾਨ ਨੂੰ ਜਫਾ ਲਾਵੇਗਾ ਉੜਦੀ ਹੋਈ ਧੂੜ ਖੇਡ ਮੈਦਾਨ ਦੇ ਵਿੱਚ ਨਾਲ ਹੀ ਸਾਹਮਣੇ ਹੁਣ ਆਪਾਂ ਦੇਖਦੇ ਵੀ ਹਾਂ ਨੌਜਵਾਨ ਕਹਿੰਦਾ ਵੀ ਖਡੂਰ ਸਾਹਿਬ ਦਾ ਗਲੈਡੀਏਟਰ ਮਿਲ ਵੀਰੋ ਖਡੂਰ ਸਾਹਿਬ ਦਾ ਗਲੈਡੀਏਟਰ ਇਸ ਵੇਲੇ ਸੱਤਾ ਲਾ ਜਫਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਅੱਜ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਲਾ ਦੂਸਰੇ ਬੰਨੇ ਜੋਵਨ ਚੋਲਾ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਜਿਹੜੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਲਾ ਇੱਕ ਪਾਸੇ ਦੇਖਦਾ ਵੀ ਟਾਈਗਰ ਦੇ ਤੌਰ ਤੇ ਜਾਣਿਆ ਜਾਂਦਾ ਦੂਸਰੇ ਪਾਸੇ ਮੇਰੇ ਵੀਰੋ ਪਟਿਆਲਾ ਜਿਹੜਾ ਹੈ ਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਣਾ ਵੀ ਨੌਜਵਾਨ ਕਿ ਜਿੱਥੋਂ ਦਾ ਐਨਆਈਐਸ ਔਰ ਸਾਹਮਣੇ ਦਾ ਔਰ ਸਾਹਮਣੇ ਹੁਣ ਦੇਖਦੇ ਵੀ ਸਲਾਮ ਵੀ ਨੇ ਖੇਡ ਮੈਦਾਨ ਦੇ ਵਿੱਚ 500 ਰੁਪਇਆ ਇੰਗਲੈਂਡ ਐਨ ਆਰ ਆਈ ਵੀਰਾਂ ਵੱਲੋਂ ਲੈ ਵੀ ਕੀਤਾ ਫਰਕ ਕਿਹੜਾ 500 ਰੁਪਇਆ ਤੇਰੇ ਕੋਲ ਪੁੱਜ ਗਿਆ ਇਧਰ ਮੇਰੇ ਵੀਰੋ ਵਿਸ਼ਵਾਸ ਹੀ ਨਹੀਂ ਸੀ ਕਹਿੰਦੇ ਉਹਨਾਂ ਦੇ ਪੂਰੇ ਗਰੁੱਪ ਦੇ ਵੱਲੋਂ ਹਰੇਕ ਜਫੇ ਦਾ 500 ਹੈ ਲਓ ਦੂਸਰੇ ਬੰਨੇ ਸੁੱਚਾ ਧਰਮੀ ਵਾਲੀ ਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਹੈ ਔਰ ਸਾਹਮਣੇ ਮਾਨਕੀ ਵਾਲੇ ਗੋਪੀ ਦੇ ਕਹਿੰਦੇ ਵੀ 7 ਵੱਜੀ ਹੈ ਦਲਜੀਤ ਖਾੜਕੂ ਦੇ ਵੀ 7 ਵੱਜੀ ਹੈ ਲਓ ਆਪਾਂ ਹੁਣ ਦੇਖਦੇ ਵੀ ਖਿਲਾੜੀ ਹੋਈ ਹੈ ਬਾਬਾ ਇਸ ਨੌਜਵਾਨ ਗਬਰੂ ਦੀ ਹੈ ਔਰ ਸਾਹਮਣੇ ਹੁਣ ਮਾਨਕੀ ਵਾਲਾ ਇਹ ਹੈ ਕੋਸ਼ਿਸ਼ ਕਰ ਰਿਹਾ ਹੈ ਕਿ ਮਾਰੀ ਜਦੋਂ ਸਾਹ ਲਾ ਕੇ ਜ਼ੋਰ ਪੱਕੇ ਨਾਲ ਅੱਖ ਵੀ ਚਮਕ ਦਾ ਕਰਾਲ ਜਿਹਾ ਹੋ ਗਿਆ ਇਹ ਕਹਿ ਰਿਹਾ ਤਾਂ ਜਿੱਦੂ ਆ ਕੇ ਧਾਵੀ ਹੱਥ ਲਾ ਕੇ ਆ ਗਿਆ ਲਾ ਦੂਸਰੇ ਬੰਨੇ ਫਿਰ ਪਾਈ ਹੀ ਕਬੱਡੀ ਐਸ ਵੇ ਮੱਤਾ ਸ਼ਿਕਾਰ ਵਾਸੀਆਂ ਦੀ ਧਰਤੀ ਦਾ ਮੇਰੇ ਵੀਰੋ
जिन्हें हूँ खेल मैदान के दावा बोलिया। लैवी सलामो और सामने फिर देखना भी एक पास टाइगर लो सलाम दीन खेड़ मैदान के बत्ता स्कार मासिया की धरती का गदास बुरी है आ भजया जाता हंधिया में ला के मैदान के ला दफा बलवीर अपनी टीम के हिस्से कैंप का वादा कर रहा है पूरा चोटी का मैच खेड़ मैदान के खेडे जा रहे हैं लो दूसरे को आ गई कबड्डी फिर सुल्तान भी और सामने हम आप देखते भी कौन इस नौजवान दखल आएगा एक पास गोपी है ना कंता मेरे भी स्टार मासिया की धरती है गोपी का मैच फगले के खेल मैदान के दर्शकों की बाजिया ताड़िया कलकारिया या हम गल भी गवाही की भी कबड्डी बड़ा प्यार करते हैं कंता फिर कोशिश कर रहा है और सुल्तान मेरे भी उंगली खड़ी करता है अपनी टीम के हिस्से का मेरा वादा करता हुआ इधर रुपिंदर सिंह पिंडू तो ताल की धरती का जिन्हें हूँ खेल मैदान के कबड्डी पाई है लाओ सामने आप फिर देख रहे भी हम कौन है डाज मारी है और पॉइंट मेरे भी रुपिंदर सिंह जो पिंडू दताल की धरती का अपनी टीम के हिस्से के जुड़ता हुआ उधर अगली कबड्डी पा रहे सामने गुजर टिप्पे वाला लाओ खेड़ मैदान के अज रंग बने हुए ने मेरे वीरियो खगड़े की धरती है सरदार बलदेव सिंह मेमोरियल कबड्डी कप पूरे जोवन से है और सामने खेड़ मैदान के गुजर टिप्पे वाला कबड्डी पा रहे हैं एक पासे खडूर साहब का ग्लैडिएटर है दूजे पासे कंता शिकार मासिया का नाल मेरे वीरियो पिंडा के नाल गोपी और सामने हम देखते भी खिलाड़ दिखती है बाबा समा की कहना आ देखी जाती है विचार के कहते भी खडूर साहब की धरती का नजर है जिन्हें हम कोशिश की है पॉइंट एस ने गुजर टिप्पे वाला अपनी टीम के हिस्से में जोड़ना होया उधर दूसरे बंदे कबड्डी पाने के लिए फिर खेल मैदान के बच्चे इस नौजवान का बोलिया हुआ ताबा कहते भी सुखा निरंजन कुड़िया कबड्डी पा रहे हैं उधर चारा के पिछों देखना भी एक पास टाइगर है और दूजे पास मेरे भीर फतहगढ़ छन्ना की धरती का अमृत नाल सलामी इन टाइगर कहते हैं खेल मैदान के फड़िया हुआ गुट कहते भी मुंडे ने हाथ छड़े ने मुंडे ने हाथ छड़े ने ए बल्ले 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 मार दो ताड़िया मार दो ताड़िया मार दो ताड़िया इस पॉइंट पर कहते भी ये सिर्फ टाइगर कबड्डी का टाइगर एक सौ रुपया मेरे वीरो इंग्लैंड लाओ दूसरी वाटर में गेड़ी हो चुकी है और बहुत ही वधिया जिहड़ा मैच खेले जा रहे हैं आप देखते भी चोटी का लाओ माइक बहुत ही स्टार जो डॉक्टर दर्शन बड़ी जी थैंक यू हरमन बहुत ही खूबसूरत नजारा कबड्डी का और जब रात चांदनी खिड़ती है कोई राग अलागी छिड़ता है कितने लोड़ा आता है जोबिन ते और मेरे मित्रों इंग्लैंड की टीम भी पब्बा पा रहा है तो देख लिया कबड्डी का सुल्तान रेड़ ते है तो कौन इनू पकड़ता कंता बस बहुत अच्छा कबड्डी पंजाबियों की कितनी खेल देखी जाती है बहुत अच्छा नहीं अच्छा बाहर करता है या फिर अंक बटोरता बहुत अच्छा आ गया हरपिंदर फिर देख रहे हैं की करके मुड़ता है ये भी कमाल का खिलाड़ी है दोनों टीमों के चोटी के खिलाड़ी ने दो दो रेडर जाफी भी कमाल दे ते कदे जफा लगता है कदे निकलता हाथों ते मारो तारिया टच मार के आऊंगे ने अंक मेरा ख्याल है टच टच कर दी घड़ी ते देख लिया बहुत अच्छा और मेरा ख्याल है छुड़ाया एक ने और तोड़े गुप्त गुप्ता ताई गुप्ता बहुत ही अच्छा थोड़े दे अगे पीछे होंगे हुए तो देख रहे हैं पीछे हटो भी मारा जा पीछे हटो मारा जा देख रहे हैं जरा रोक दा मारो तारिया ललकारा पंडा रामू ने जफे का 500 रुपया जसवीर सीरा जी और देख लिया नहीं रिसा नहीं रिसा 30 सेकंड की रेड का पुत्रो देख लिया कौन दिखाऊंगा चटनो बहुत अच्छा बहुत अच्छा बहुत अच्छा बहुत अच्छा हाथ खाई फिरता चौपर तो पैर तिलकदा आऊंगा मत्ता फिर शिकार माछिया का मत्ता रेड देते हैं बिच बचो जान सारी 30 सेकंड की रेड है मारो तारिया देख दे अंक कौन लेंदा सद के जावा पुत्रा तेरे कबड्डी दे नहीं रिसा डर कर गल्ला होंदिया ने डर कर गल्ला होंदिया ने कबड्डी दिया
जाऊंगा जाऊंगा फिर लोट पोटी खाती रिसा तेरिया इतों उठना जफे कमाल भी खेड आ गए बच्चे बहुत अच्छा बहुत अच्छा बहुत अच्छा क्या बात है एक एक कौटी लखा भी हो गई है 500 रुपया नाम का उस कपड़े को फिर जाते हैं दे दे बहुत अच्छा ये थोड़ा जा अंकों का फासला फिर हो गया है ते तारियां की इच्छा में निबड़ेगा टूर्नामेंट और तब देख रहे हो कौन रोकदा पहली कबड्डी से भी रोकया सी सुल्तान नु ते दूजी देख रहे हैं कौन रोकदा इस नु बहुत अच्छा बहुत अच्छा बहुत अच्छा बहुत अच्छा दोनों गुफा गुफा एक एक कबड्डी लखा दिन कमाल देखे और पंछी उदारियां मार दे तहा और उधर मंजला तय करते हुए जो राही कबड्डी का मैच जितने वालों वाधा होया और मठी मठी ठंड और फिर मिलती आस के उत्ते पिछड़ा ने मेरे मित्रों देख लिया कोई रिश्ता कोई रिश्ता इतों भी कोई जो फिर नहीं हो सकती है बहुत ही जबरदस्त मुकाबला है लखा की तादाद के जुड़े हुए कबड्डी के दर्शक ये अज कबड्डी का रंग सरदार बलदेव सिंह कटना यादगारी तीजा कबड्डी कप है जोड़ा इस धरती से हो रहा है मैं अपने सुन वाले दसियाँ जोड़े देश देश की धरती से बैठे इंटरनेट के जरिए देख रहे थे कबड्डी डॉट कॉम के जरिए या फिर अवतार नंदपुरी के कैमरे की अख के नाम देखते हैं इसमें कौन रोकना भाई बहुत अच्छा हाँ 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 अंक मेरा ख्याल है देर तो रुकिया एक अंक बढ़िया है और प्रोमिक बेटी का लो मारो ताड़िया फिर मुंडा कुछ करूंगा करवीर आला जाती पुत्रा जिथे तैनू नाम मिलता मैनू भी नाम दिता सीरा जी ने रुक भर के आलो की दा सी है आलो इनाम गुरप्रीत को बना दो पाने हो जाओ परे देख दिया गड्डी वांगू आंदा सदके जावे ਪਾਲਾ ਨੇੜੇ ਆ ਕੁਛ ਕਰੂਗਾ ਫਦਕੇ ਜਾਵਾਂ ਨਹੀਂ ਰੀਛਾ ਪੁੱਤਰਾ ਤੇਰੀਆਂ ਇਹ ਆ ਲੈ ਕੇ ਇੱਕ ਹੋਰ ਵਧਾਇਆ ਨਹੀਂ ਰੀਛਾ ਬਹੁਤ ਹੀ ਕਮਾਲ ਦਾ ਜਾਫੀ ਕਮਾਲ ਦਾ ਰੇਡਰ ਔਰ ਇੱਕ ਹੱਕ ਹੋਰ ਵਧਿਆ ਸ਼੍ਰੋਮਿਕ ਬੇਟੀ ਦਾ ਤੇ ਲਓ ਬਈ ਚੋਪਰਾ ਫੇਰ ਆਉਂਦਾ ਉਹੀ ਸੁਲਤਾਨ ਕਬੱਡੀ ਦਾ ਤੇ ਮਾਰੋ ਤਾੜੀਆਂ ਜਿਹੜੇ ਬੈਠੇ ਹੋ ਦੇਖਦੇ ਲਾਈਟਾਂ ਜਗਮਗ ਕਰਦੀਆਂ ਨੇ ਮੁੱਖ ਸਟੇਜ ਦੇ ਉੱਤੇ ਖਤਵੰਤ ਤੇ ਨੰਦ ਮਾਰਦੇ ਨੇ ਕਬੱਡੀ ਦਾ ਜਦਕਿ ਨੌਰਵੇ ਵੱਲੋਂ ਖੇਡਦਾ ਔਰ ਪ੍ਰੀਤਮ ਦਾ ਲਾਡਲਾ ਇਹ ਹੈ ਸੁਲਤਾਨ ਅਜੇ ਇੱਕ ਜੱਫਾ ਖਾਧਾ ਅਤੇ ਕੋਈ ਜੱਫਾ ਵੀ ਨਹੀਂ ਖਾਧਾ ਇੱਕ ਜੱਫਾ ਖਾਧਾ ਸੀ ਸੋ ਬਹੁਤ ਹੀ ਅੱਛਾ ਮੁਕਾਬਲਾ ਲਓ ਵੀ ਰੁਪਿੰਦਰ ਫੇਰ ਆਉਂਦਾ ਰੇਡ ਦੇ ਉੱਤੇ ਮਾਰੋ ਤਾਰੀਆਂ ਇੱਕ ਇੱਕ ਪੁਆਇੰਟ ਆ ਜਿਹੜਾ ਲੱਖਾਂ ਦਾ ਹੈ ਇਹ ਆ ਰੁਪਿੰਦਰ ਕਿਧਰੇ ਇੰਗਲੈਂਡ ਦੀ ਟੀਮ ਔਰ ਭਾਈ ਜਸਵੀਰ ਸੀਰਾ ਔਰ ਬਿੰਦਰ ਔਰ ਸਰਪੰਚ ਸਾਹਿਬ ਸੁੱਖਾ ਜੀ ਇਵੇਂ ਜਿਵੇਂ ਅਮਰੀਕ ਕੁੱਤਾ ਜੀ ਅਤੇ ਮੇਰੇ ਮਿੱਤਰੋ ਕਿਹਦੀ ਕਿਹਦੀ ਸਿਫਤ ਕਰਾਂ ਅਤੇ ਸਾਰੇ ਨੋਟਾਂ ਦਾ ਬੰਡਲ ਅਤੇ ਬੰਡਲ ਖੋਲਦੇ ਨੇ ਸੱਜ ਕੇ ਜਾਵਾਂ ਪੁੱਤਰਾ ਨਹੀਂ ਰੀਸਾਂ ਤੇਰੀਆਂ ਇੱਕ ਅੰਕ ਹੋਰ ਲਿਆ ਹੈ ਰੁਪਿੰਦਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਦਕਿ ਸੁਣਨਾ ਹੈ ਨੂੰ ਦੱਸਦੇ ਹਾਂ ਫਾਈਨਲ ਮੈਚ ਔਰ ਨਾਰਵੇ ਕਬੱਡੀ ਕਲੱਬ ਤਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਦਰਮਿਆਨ ਫਾਈਨਲ ਮੈਚ ਹੈ ਜਦਕਿ ਸਿੱਖ ਵੱਲ ਨੂੰ ਜਾਂਦਾ ਹੋਇਆ ਇਹ ਬਹੁਤ ਹੀ ਅੱਛਾ ਦੇਖਦੇ ਹਾਂ ਕੌਣ ਜੱਫਾ ਲਾਉਂਦਾ ਹੈ ਕੌਣ ਲਾਉਂਦਾ ਜੱਫਾ ਕੌਣ ਬਾਹਰ ਕਰਦਾ ਕੌਣ ਧੱਕਣ ਧੱਕਾ ਧੱਕਣ ਧੱਕਾ ਛੱਡ ਕੇ ਜਾਵਾਂ ਤੇ ਕੀ ਜਾਂਦੀ ਹੈ ਮੇਰੇ ਮੇਰੀ ਹੋ ਕੇ ਟੁੱਟ ਗਈ ਲੋਕ ਆਖਰੇ ਨੂੰ ਲੱਗਣਾ ਜਾ ਰਹੀ ਬਹੁਤ ਅੱਛਾ ਬਹੁਤ ਅੱਛਾ ਇਹ ਸੀ ਦੂਜਾ ਟੋਪੀ ਮੰਡੀਆਂ ਵਾਲਾ ਫਿਰ ਆਉਂਦਾ ਹੈ ਨਿਰੰਜਨ ਪ੍ਰਿਆ ਸੁੱਖਾ ਸੁੱਖਾ ਪੂਰਾ ਧੱਕਣ ਗੱਭਰੂ ਹੈ ਸ਼੍ਰੋਮਣੀ ਕਮੇਟੀ ਦਾ ਦੇਖਦੇ ਹਾਂ ਕੀ ਕਰਕੇ ਮੁੜਦਾ ਹੋ ਜਾਓ ਪਰੇ ਜਾ ਜਾਂਦੀ ਨਾ ਹੋ ਜੇ ਦੇਖਦੇ ਹਾਂ ਕੀ ਕਰਦਾ ਗੱਭਰੂ ਜਿੱਥੇ ਧਰਤੀ ਦੇ ਪੈਰ ਰੱਖਦਾ ਧਰਤੀ ਹਿਲਦੀ ਹੈ ਅਤੇ ਕਦੇ ਦਿੰਦਾ ਕਦੇ ਅੰਕ ਲੈਂਦਾ ਹੁਣ ਨਹੀਂ ਰੁਕੇਗਾ ਲੱਗਦਾ ਪਾਲਾ ਨੇੜੇ ਹੈ ਸਦਕੇ ਜਾਵਾਂ ਪੁੱਤਰਾ ਦੋਨੇ ਧਿਰਾਂ ਦੀਆਂ ਬਾਹਰ ਰੁਕੀਆਂ ਨੇ ਡੌਲੇ ਖੜ ਗਏ ਨੇ ਅਤੇ ਦੇਖਦੇ ਹਾਂ ਇਹ ਹੈ ਕਬੱਡੀ ਦਾ ਲੱਖਾਂ ਦਾ ਜਿਹੜਾ ਮੈਚ ਹੈ ਬਹੁਤ ਹੀ ਪਿਆਰਾ ਰੇਡ ਕਰੋ ਵੀ ਪੁੱਤਰੋ ਅਤੇ ਰੇਡ ਕਰੋ ਜਦਕਿ ਅੰਕ ਥੋੜ੍ਹਾ ਜਿਹਾ ਫਾਸਲਾ ਫਿਰ ਰਹਿ ਗਿਆ ਹੈ ਆਓ ਵੀ ਚੁੱਕ ਲਓ ਮਾਰੋ ਤਾੜੀਏ ਤੁਸੀਂ ਸੁਣ ਕੇ
चुप करके मारो ताड़िया सुन के ललकावा तेरा कमली की छिड़की दे ताड़िया मारा करो ललकारा जिथे पैंदा देख लिया बाहर कौन करता है एक दूजे नूं बाहर कौन करता है मेरी इच्छा नहीं ये दूजा मेरा खड़ा जत्था होगा ये अंक दे बैठना और बहुत ही जबरदस्त कबड्डी का मुकाबला मेरे मित्रों फर्क थोड़ा जा फिर रह गया बहुत अच्छा शाबाश और कोई गल नहीं जित हार बनी होंगी है दोनों टीमों ने मैच प्यारा दिखा दिया बहुत ही जबरदस्त मुकाबला गुरमीत मंडिया का जब के रेड से है श्रोमणी कमेटी वालों ते नहीं नहीं डरता अंक बटोरिया आ जा रैफरी दसूगा तो यह रैफरी दसूगा रैफरी दसूगा रैफरी दसूगा टच मारो सकेंट खराब हो जाएंगे टच मारो पुत्रों टच मारो हजो परे देखी जाती है हजो परे देखी जाती है बहुत अच्छा दसेगा थर्ड अंपायर दसेगा अंपायर दसेगा पीछे हर जो कोई गल नहीं पीछे हर जो कोई गल नहीं गड्डियों का पूरा जोर लगे तो बड़ी बेनती है पीछे हटो पीछे हटो बेटा पीछे हटो मेरी तुम बेनती है देख लैन दो अजे पीछे हट जाओ देखते हैं कौन मोटरसाइकिल का जेतू बनता है तो कौन जाफी है कौन रेडर है तो माइक मैं स्टेज वालू लै जावगा फिर मिन की आस के उत्ते सारों बधाई दिता होया डॉक्टर दर्शन बड़ी अनाउंस करेगा कि किन मोटरसाइकिल जाता है बेस्ट रेडर कौन है बेस्ट जाफी कौन है उसका डॉग होगा थैंक यू सर थैंक यू सरदार बलजीत सिंह और इस तरह ही बोलने आज देखिए देखिए बोलने लगा सुल्तान ते सुच्चा दोनों के अंक बराबर ने रेडर के तौर पर दोनों का डॉप होगा तो जे कोई इन्हों पाया जाता तो दूजे को मिलेगा नहीं फिर मेरे मित्रों के दोनों के किसी का डॉप फेल नहीं होता और मेरे मित्रों फिर दोनों साझा मोटरसाइकिल मिलेगा जफ्फिया के ध्यान न सुन लो हाथ न खुडो एक मेरी जो मैंने कहा गया मैं उ बोलूँगा जो मैंने कहा गया तो इवें जिमें सलामों के जफ्फे ने हथ जो टॉप करावेगा वह फेल हो जाता तो सत्तू के अठ सत्त ने तो फिर जे पास हों तो सलामों मिलेगा मोटरसाइकिल जफ्फिया के रेडर के सुचा तो सुल्तान के बराबर ने तो उन्होंने साझा मिलेगा पर यह टॉप सिस्टम जरूर होगा पहला थैंक यू देखो मेरा तो कोई कसूर नहीं जो मोबाइल गिर गया मैं बोलता जो कोई देगा जरूर पूछा लिखो थैंक यू थोड़ा